ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਵੀਰ ਦਵਿੰਦਰ ਸਿੰਘ ਲਾਲੀ ਸੋ ਅੱਜ ਦੀ ਵੀਡੀਓ ਦਾ ਵਿਸ਼ਾ ਡੀਐਸਆਰ ਯਾਨੀ ਕਿ ਝੋਨੇ ਦੀ ਸਿੱਧੀ ਬਜਾਈ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਵੀਡੀਓ ਲੈ ਕੇ ਆਏ ਸੀ ਡੀਐਸਆਰ ਤੇ ਕਿਸਾਨ ਵੀਰਾਂ ਨੇ ਬਹੁਤ ਪਿਆਰ ਦਿੱਤਾ ਯਾਨੀ ਕਿ ਹੁਣ ਜਿਵੇਂ 2022 ਹੈ ਇਹਦੇ ਵਿੱਚ ਫੇਰ ਅਸੀਂ ਡੀਐਸਆਰ ਤੇ ਭਾਗ 2 ਲੈ ਕੇ ਆਏ ਹਾਂ ਜਿਹਦੇ ਵਿੱਚ ਜੋ ਵੀ ਕਿਸਾਨ ਵੀਰਾਂ ਦੇ ਮਨਾਂ ਵਿੱਚ ਸਵਾਲ ਜਵਾਬ ਨੇ ਜਿਵੇਂ ਡੀਐਸਆਰ ਕਰਨ ਦਾ ਸਹੀ ਸਮਾਂ ਕਦੋਂ ਪਾਣੀ ਲਾਈਏ ਕਿਹੜਾ ਬੀ ਲਾਈਏ ਕਿੰਨਾ ਬੀ ਤੇ ਕਿਹੜੀਆਂ ਦਵਾਈਆਂ ਦਾ ਵਰਤੋਂ ਕਰੀਏ ਤੇ ਕਿੰਨੀ ਇੱਕ ਇਹਦੇ ਵਿੱਚ ਡੀਏਪ ਜਾਂ ਸੁਪਰ ਵਗੈਰਾ ਜਾਂ ਯੂਰੀਆ ਪਾਉਣਾ ਉਹਨਾਂ ਤੇ ਮੈਂ ਵੀਡੀਓ ਲੈ ਕੇ ਆ ਨਵੇਂ ਕਿਸਾਨ ਵੀਰ ਸਾਡੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਜਿਹੜੇ ਸਾਡੇ ਪੁਰਾਣੇ ਕਿਸਾਨ ਵੀਰ ਸਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਵੀ ਲਿਖੋ ਤਾਂ ਕਿ ਆਪਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਦਾ ਫਾਇਦਾ ਕਰ ਸਕੀਏ ਹੁਣ ਅੱਜ ਤੋਂ 5-6 ਸਾਲ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਡੀਐਸਆਰ ਕਰਿਆ ਸੀ ਬਹੁਤ ਘੱਟ ਰਕਵਾ ਵੀ ਜਿਵੇਂ ਅਸੀਂ ਉਦੋਂ ਇਹ ਵਿਧੀ ਇੰਨੀ ਪ੍ਰਚਲਿਤ ਨਹੀਂ ਸੀ ਨਾਰਮਲ ਝਾੜ ਸੀ ਪਰ ਜਦੋਂ ਕਰੋਨਾ ਟਾਈਮ ਆ ਗਿਆ ਲੇਬਰ ਨਹੀਂ ਸੀ ਮਿਲਦੀ ਲਾਕਡਾਊਨ ਸੀ ਮਜਬੂਰੀ ਸੀ ਅਸੀਂ ਉਸ ਵਕਤ ਸੋਚਿਆ ਵੀ ਕੀ ਕਰਿਆ ਜਾਵੇ ਫਿਰ ਅਸੀਂ ਡਾਕਟਰ ਕੁਲਦੀਪ ਸਿੰਘ ਸ਼ੇਰਗਿਲ ਜੀ ਨੇ ਉਹਨਾਂ ਦੀ ਵੀਡੀਓ ਦੇਖੀ ਆ ਉਹਨਾਂ ਨਾਲ ਫੋਨ ਤੇ ਗੱਲ ਕਰੀ ਉਹਨਾਂ ਨੇ ਸਾਨੂੰ ਡੀਐਸਆਰ ਯਾਨੀ ਕਿ ਝੋਨੇ ਦੀ ਸਿੱਧੀ ਬਜਾਈ ਉਹ ਵਿਧੀ ਬਾਰੇ ਜਾਣਕਾਰੀ ਦਿੱਤੀ ਤੇ ਫਿਰ ਅਸੀਂ ਕਾਫੀ ਆਪ ਦਾ ਰਕਵਾ ਡੀਐਸਆਰ ਕਰਿਆ ਸੀ ਪੰਜਾਬ ਦੇ ਵਿੱਚ ਕਾਫੀ ਹਿੱਸੇ ਵਿੱਚ ਲੋਕਾਂ ਨੇ ਖੇਤਾਂ ਵਿੱਚ ਵੀ ਡੀਐਸਆਰ ਝੋਨਾ ਕਰਿਆ ਸੀ ਪਰ ਸਮੇਂ ਦੇ ਨਾਲ ਕੁਝ ਲੋਕਾਂ ਨੇ ਇਹਨੂੰ ਬਾਤਾ ਸੀ ਪਰ ਅਸੀਂ ਡੀਐਸਆਰ ਵਾਲਾ ਝੋਨਾ ਰੱਖ ਲਿਆ ਸੀ ਬਹੁਤ ਵਧੀਆ ਝਾੜ ਨਿਕਲਿਆ ਸਾਨੂੰ ਇਹ ਵਿਧੀ ਬਹੁਤ ਵਧੀਆ ਲੱਗੀ ਪਰ ਅੱਜ ਇਹ ਮਜਬੂਰੀ ਨਹੀਂ ਸਾਡਾ ਸੌਂਗ ਬਣ ਗਿਆ ਅੱਜ ਅਸੀਂ ਆਪ ਦਾ ਕਾਫੀ ਖੇਤ ਡੀਐਸਆਰ ਕਰਦੇ ਹਾਂ ਇਹਦੇ ਨਾਲ ਅਸੀਂ ਆਪ ਦਾ ਖਰਚਾ ਵੀ ਘਟਾ ਲੈਂਦੇ ਹਾਂ ਤੇ ਪਾਣੀ ਦੀ ਵੀ ਬਚਤ ਕਰਦੇ ਹਾਂ ਤੇ ਝਾੜ ਦੂਸਰੇ ਝੋਨੇ ਜਿਵੇਂ ਆਮ ਵਿਧੀਆਂ ਜੇ ਨਹੀਂ ਲੈ ਲੈਨੇ ਆ ਸੋ ਬੇਨਤੀ ਹੈ ਕਿ ਕਿਸਾਨ ਵੀਰ ਵੱਧ ਤੋਂ ਵੱਧ ਇਸ ਵਿਧੀ ਵੱਲ ਆਉਣ ਆਹ ਝੋਨਾ ਜੋ ਤੁਸੀਂ ਦੇਖ ਰਹੇ ਹੋ ਆ ਡੀਐਸਆਰ ਕਰਿਆ ਹੋਇਆ ਪੂਸਾ 44 ਆ ਦੇਖੋ ਜੀ ਆਮ ਝੋਨੇ ਵਰਗਾ ਹੀ ਆ ਦੇਖੋ ਉਦਾਂ ਹੀ ਦਾਣਾ ਹੁਣ ਕਿਵੇਂ ਬੀਜਣਾ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਆ ਦੇਖੋ ਬਜਾਈ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਆਪਦੇ ਖੇਤ ਨੂੰ ਬਾਕੇ ਕੰਪਿਊਟਰ ਕਰਾ ਜਿਹਨੂੰ ਲੈਵਲ ਕਹਿੰਦੇ ਆ ਲੈਵਲ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਵਿਧੀ ਵਿੱਚ ਆਪਦੇ ਖੇਤ ਨੂੰ ਲੈਵਲ ਜ਼ਰੂਰ ਕਰਾ ਲਓ ਕਿਉਂਕਿ ਜੇ ਤੁਹਾਡਾ ਖੇਤ ਲੈਵਲ ਹੋ ਨਾ ਤੁਹਾਡੀ ਮਸ਼ੀਨ ਆ ਜਿਹੜੀ ਜਦੋਂ ਮਸ਼ੀਨ ਨਾਲ ਡੀਐਸਆਰ ਕਰਾਂਗੇ ਉੱਚਾ ਨੀਮਾ ਨਹੀਂ ਜਾਂਦਾ ਜੇ ਤੁਹਾਡੀ ਡੂੰਘਾਈ ਜ਼ਿਆਦਾ ਹੋਗੀ ਜਾਂ ਹੋਛਾ ਰਹੇਗਾ ਉਹਦੇ ਨਾਲ ਵੀ ਤੁਹਾਡੇ ਦਾਣੇ ਪੂਰੇ ਨਹੀਂ ਹੋਣੇ ਜਿਹਦੇ ਨਾਲ ਗੈਪ ਰਹਿ ਜਾਣਗੇ ਤੇ ਝਾੜ ਤੇ ਬਹੁਤ ਅਸਰ ਪਊ ਤੇ ਪਾਣੀ ਵੀ ਤੁਹਾਡੇ ਜਿਆਦਾ ਕਿਤੇ ਖੜਜੂ ਕਿਤੇ ਸੁੱਕੇ ਰਹਿ ਜਾਣਗੇ ਇਹ ਇਦਾਂ ਵੀ ਠੀਕ ਨਹੀਂ ਹੋਣਾ ਤੁਹਾਡਾ ਝਾੜ ਹੁਣ ਹੁਣ ਆਪਾਂ ਗੱਲ ਕਰਦੇ ਆਂ ਵੀ ਡੀਐਸਆਰ ਕਰਨ ਦਾ ਸਹੀ ਸਮਾਂ ਕਿਹੜਾ ਦੇਖੋ ਜੀ ਕਈ ਅੱਡ-ਅੱਡ ਵੈਰਾਈਟੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਮੇਂ-ਸਮੇਂ ਤੇ ਡੀਐਸਆਰ ਕਰ ਸਕਦੇ ਹੋ ਜਿਵੇਂ ਪੂਸ਼ਾ 44 ਡੀਐਸਆਰ ਕਰਨ ਵਿੱਚ ਸਭ ਤੋਂ ਵਧੀਆ ਪੂਸ਼ਾ 44 ਵੈਰਾਈਟੀ ਹੈ ਜਿਹਨੂੰ ਤੁਸੀਂ ਜਿਵੇਂ ਮਰਜ਼ੀ ਮੌਸਮ ਵਿੱਚ ਟੱਕਰਾ ਕਰਕੇ ਪੂਰੀ ਰੂਪ ਚ ਵੀ ਹਰੇਕ ਦਾਣਾ ਵਿੱਚ ਹਰਾ ਹੋ ਜਾਂਦਾ ਜੀ ਪੂਸ਼ਾ 44 ਲਈ ਬੈਸਟ ਸਮਾਂ ਮਈ 25 ਤੋਂ ਲੈ ਕੇ 5 ਜੂਨ ਤੱਕ ਦੇਖੋ ਜੀ ਮੈਂ ਆ ਸਮੇਂ ਦੇ ਵਿੱਚ ਹੀ ਬੀਜਦਾ ਹੁਣ ਬਹੁਤ ਵਧੀਆ ਝਾੜ ਦਿੰਦਾ ਉਦੋਂ ਬਾਅਦ ਪੀਆਰ ਵੈਰੈਟੀਆਂ ਨੇ ਥੋੜੀਆਂ ਜਿਹੀਆਂ ਲੇਟ ਵੈਰੈਟੀਆਂ ਆ ਜਾਂਦੀਆਂ ਜਿਵੇਂ ਪੀਆਰ 128 29 ਅਲੱਗ-ਅਲੱਗ ਪੀਆਰ ਦੀਆਂ ਵੈਰੈਟੀਆਂ ਪੰਜਾਬ ਯੂਨੀਵਰਸਿਟੀ ਦੀਆਂ ਉਹਨੂੰ ਤੁਸੀਂ 5 ਜੂਨ ਤੋਂ ਲੈ ਕੇ 15 20 ਜੂਨ ਤੱਕ ਬੀਜ ਸਕਦੇ ਹੋ ਹੁਣ ਆ ਜੋ ਬਾਂਸਪਤੀ ਬਾਂਸਪਤੀ ਵੈਰੈਟੀਆਂ ਥੋੜੀ ਜਿਹੀ ਲੇਟ ਹੁੰਦੀ ਆ ਬਰਸਾਤੀ ਸੀਜ਼ਨ 'ਚ ਆਮ ਤੌਰ ਤੇ ਆਪਾਂ ਬੀਜਦੇ ਆ ਇਹਨੂੰ ਤੁਸੀਂ 15 ਜੂਨ ਤੋਂ 30 ਜੂਨ ਤੱਕ ਬੀਜ ਸਕਦੇ ਹੋ ਕਿਉਂਕਿ ਜਿੰਨਾ ਵੀ ਆਪਾਂ ਲੇਟ ਝੋਨਾ ਬੀਜਦੇ ਆ ਡੀਐਸਆਰ ਕਰ ਲੋ ਭਾਵੇਂ ਲੇਪਰ ਨਾ ਪੱਕਣ ਵੇਲੇ ਮੌਸਮ ਠੰਡਾ ਹੁੰਦਾ ਠੰਡੇ ਮੌਸਮ ਵਿੱਚ ਪੱਕਦਾ ਝੋਨਾ ਥੋੜਾ ਹਮੇਸ਼ਾ ਝਾੜ ਵਧਦਾ ਹੁੰਦਾ ਦਾਣਾ ਵੀ ਮੋਟਾ ਤੇ ਬਾਂਸਪਤੀ ਨੂੰ ਵੀ ਵਧੀਆ ਬਾਂਸਪਤੀ ਲੈਣ ਲਈ ਆਪਾਂ ਨੂੰ ਬੈਸਟ ਸਮਾਂ ਆਹੀ ਆ ਵੀ ਤੁਸੀਂ 15 ਜੂਨ ਤੋਂ 30 ਜੂਨ ਤੱਕ ਬੀਜੋ ਹੁਣ ਆਜੋ ਜੀ ਮਿੱਟੀ ਜ਼ਮੀਨ ਇਹਦੇ ਵਾਸਤੇ ਜ਼ਮੀਨ ਕੀ ਹੈ ਡੀਐਸਆਰ ਕਰਨ ਵਾਸਤੇ ਜ਼ਮੀਨ ਡਾਕਟਰ ਅਬਜਾਉ ਜ਼ਮੀਨ ਬਹੁਤ ਜ਼ਰੂਰੀ ਆ ਤੁਸੀਂ ਦੇਖ ਰਹੇ ਹੋ ਸਾਡਾ ਖੇਤ ਤਾਂ ਕਾਲੀ ਮਿੱਟੀ ਆ ਮੈਂ ਪਿਛਲੇ 15-20 ਸਾਲਾਂ ਤੋਂ ਅਸੀਂ ਇਹਦੇ ਵਿੱਚ ਝੋਨਾ ਬੀਜ ਰਹੇ ਸੀ ਅਹੀਂ ਮੇਰੀ ਬੇਨਤੀ ਆ ਕਿ ਜਿਹੜੇ ਵੀ ਵੀਰਾਂ ਨੇ ਬੀਜਣਾ ਜਿਹਦੇ ਵਿੱਚ ਪਿਛਲੇ 2-4 ਸਾਲਾਂ ਤੋਂ ਤੁਸੀਂ ਝੋਨਾ ਬੀਜਦੇ ਹੋ ਉਹ ਖੇਤ ਵਿੱਚ ਡੀਐਸਆਰ ਕਰੋ ਕਿਉਂਕਿ ਝੋਨੇ ਵਾਲੇ ਖੇਤਾਂ ਵਿੱਚ ਹੀ ਡੀਐਸਆਰ ਵਾਲੀ ਵਿਧੀ ਕਾਮਯਾਬ ਹੁੰਦੀ ਆ ਰੇਤਲੀਆਂ ਜ਼ਮੀਨਾਂ ਵਿੱਚ ਤੁਸੀਂ ਜ਼ਿੰਕ ਲੋਹਾ ਸਲਫਰ ਦੀ ਘਾਟ ਆ ਜਾਂਦੀ ਆ ਜਿਹਦੇ ਨਾਲ ਝਾੜ ਪ੍ਰੋਪਰ ਨਹੀਂ ਹੁੰਦਾ ਪਾਵੇਂ ਤੁਸੀਂ ਕੋਈ ਸੋਚੋ ਵੀ ਰੇਤ ਲਿਆ ਜਮੀਨਾ ਜਵੀਜ ਕੇ ਆਪਾਂ ਇਹਨਾਂ ਦੀ ਸਪਰੇਅ ਕਰ ਲਾਂਗੇ ਉਹ ਨਹੀਂ ਹੋਣਾ ਠੀਕ ਜੀ ਹੁਣ ਖਾਦਾਂ ਬਜਾਈ ਵੇਲੇ ਤੁਸੀਂ ਡੀਏਪੀ ਵੀ ਪਾ ਸਕਦੇ ਹੋ ਰეკਮੈਂਡੇਸ਼ਨ ਆ ਵੀ ਅੱਧੀ ਬੋਰੀ ਡੀਏਪੀ ਦੀ ਪਾ ਸਕਦੇ ਹੋ ਜੇ ਤੁਸੀਂ ਸੁਪਰ ਪਾਉਣਾ ਚਾਹੁੰਦੇ ਹੋ ਤਾਂ ਸੁਪਰ ਵੀ ਪਾ ਸਕਦੇ ਹੋ ਇੱਕ ਬੋਰੀ ਸੁਪਰ ਤੇ ਜਦੋਂ ਤੁਸੀਂ ਪਾਣੀ ਲਾਉਣਾ ਯਾਨੀ ਕਿ 20 ਦਿਨਾਂ ਬਾਅਦ ਤੁਸੀਂ ਇਹਦੇ ਵਿੱਚ 35 ਕਿਲੋ ਤੱਕ ਯੂਰੀਆ 25 ਕਿਲੋ ਪੋਟਾਸ਼ ਤੇ 10 ਕਿਲੋ ਸਲਫਰ ਜ਼ਰੂਰ ਦਿਓ ਕਿਉਂਕਿ ਦਾਣੇ ਦੀ ਗ੍ਰੋਥ ਲਈ ਫੋਕਾ ਨਾ ਹੋਵੇ ਇਹਦੇ ਲਈ ਤੁਹਾਡੇ ਖੇਤ ਵਿੱਚ ਪੋਟਾਸ਼ ਤੇ ਸਲਫਰ ਦੀ ਕਮੀ ਨਹੀਂ ਹੋਣੀ ਚਾਹੀਦੀ ਬੀਜ 8 ਤੋਂ 10 ਕਿਲੋ ਪ੍ਰਤੀ ਕਿਲੇ ਦਾ ਬੀ ਲਓ ਜੀ ਕੋਈ ਵੀ ਵੈਰਾਈਟੀ ਹੋਵੇ ਤੇ ਨੰਬਰ 2 ਤੇ ਬਜਾਈ ਤੋਂ 6 ਤੋਂ 8 ਘੰਟੇ ਪਹਿਲਾਂ ਤੁਸੀਂ ਉਹਨੂੰ ਪਾਣੀ ਚ ਭੋਂ ਕੇ ਸੁਕਾ ਕੇ ਫੇਰ ਬੀਜੋ ਛੇਤੀ ਦਾਣੇ ਪੁੰਗਰਦੇ ਆ ਕਈ ਕਿਸਾਨ ਵੀਰ ਕਹਿੰਦੇ ਵੀ ਤੁਸੀਂ 4 ਕਿਲੋ ਬੀ ਪਾਓ ਬੀ ਨਾਲ ਵਧੀਆ ਝਾੜ ਨਹੀਂ ਵੀਰੋ 8 ਤੋਂ 10 ਕਿਲੋ ਬੀ ਲਓ ਕਿਉਂਕਿ ਉਹਨਾਂ ਦਿਨਾਂ ਵਿੱਚ ਮੌਸਮ ਬਹੁਤ ਗਰਮ ਹੁੰਦਾ ਗਰਮ ਮੌਸਮ ਵਿੱਚ ਪੁੰਗਰਨ ਸਮੇਂ ਅੱਧਾ ਵੀ ਕੋ ਮੱਚ ਜਾਂਦਾ ਕੁਝ ਜਦੋਂ ਉੱਗ ਜਾਂਦਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਸੁੱਕ ਵੀ ਜਾਂਦਾ ਤਾਂ ਕਰਕੇ ਹਰਾ ਤਾਂ ਅੱਧਾ ਵੀ ਹੋਈ ਹੋਣਾ ਸੋ 8-10 ਕਿਲੋ ਬੀ ਲਓਗੇ ਤਾਂ ਵਧੀਆ ਝੜ ਲਓਗੇ ਆ ਸਾਡਾ 8-10 ਕਿਲੋ ਬੀ ਆ ਜੀ ਦੇਖੋ ਤੁਹਾਡੇ ਸਾਹਮਣੇ ਆ ਮਹੀਨੇ ਦਾ ਜੀਰੀ ਆ ਡੀਐਸਆਰ ਕਰੀ ਬਹੁਤ ਸੋਹਣੀ ਲੱਗ ਰਹੀ ਆ ਹੁਣ ਤੁਹਾਨੂੰ ਮੈਂ ਦੱਸਦਾ ਬਜਾਈ ਦੇ ਢਾਂਗਾਂ ਬਾਰੇ ਆਪਾਂ ਗੱਲ ਕਰਦੇ ਹਾਂ ਜਿਵੇਂ ਹੁਣ ਅਪ੍ਰੈਲ ਮਹੀਨਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਦੇ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਸੁਕਾ ਲਓ ਕਿਉਂਕਿ ਖੇਤ ਦੇ ਵਿੱਚ ਨਾ ਉੱਲੀ ਦੇ ਜਨਮ ਹੁੰਦੇ ਆ ਜਾਂ ਨਦੀਨ ਹੁੰਦਾ ਸੋ ਜੇ ਆਹ ਮਹੀਨੇ ਵਿੱਚ ਤੁਸੀਂ 15-20 ਦਿਨ ਖੇਤ ਨੂੰ ਵਾਹ ਕੇ ਖੁੱਲਾ ਛੱਡੋਗੇ ਤਾਂ ਤੁਹਾਡੇ ਖੇਤ ਵਿੱਚ ਜੋ ਵੀ ਜਿਵੇਂ ਉੱਲੀ ਦੇ ਕਾਣ ਨੇ ਉਹ ਨਸ਼ਟ ਹੋ ਜਾਣਗੇ ਤੇ ਹੋਰ ਵੀ ਬਿਮਾਰੀਆਂ ਦੇ ਕਾਣ ਨੇ ਜਿਹੜੇ ਆਪਾਂ ਮਿੱਟੀ ਦੇ ਵਿੱਚ ਹੁੰਦੇ ਆ ਉਹ ਨਾਸਟ ਹੋ ਜਾਣਗੇ ਸੋ ਖੇਤ ਨੂੰ ਬਾਕੇ ਰੱਖੋ ਜਿਹਦੇ ਨਾਲ ਤੁਹਾਡੇ ਖੇਤ ਵਿੱਚ ਨਦੀਨ ਵੀ ਸੁੱਕ ਜਾਣਗੇ ਹੁਣ ਕੀ ਹੈ ਕਿ ਜਦੋਂ ਤੁਹਾਡੇ ਖੇਤ ਨੂੰ ਬਾ ਲਿਆ ਤੁਸੀਂ ਸੁਹਾਗਾ ਲਾ ਕੇ ਉਹਨੂੰ ਲੈਵਲ ਕਰ ਲਿਆ ਨਾ ਉਸ ਤੋਂ ਬਾਅਦ ਤੁਸੀਂ ਆਪਦੇ ਖੇਤ ਦੀ ਰੌਣੀ ਕਰੋ ਦੋ ਵਾਰੀ ਤਿੰਨ ਵਾਰੀ ਆਪਾਂ ਨੂੰ ਖੇਤ ਦੀ ਰੌਣੀ ਕਰਨੀ ਚਾਹੀਦੀ ਹੈ ਡੀਐਸਆਰ ਤੋਂ ਪਹਿਲਾਂ ਕਿਉਂਕਿ ਜਿੰਨੀ ਵਾਰੀ ਆਪਾਂ ਰੌਣੀ ਕਰਾਂਗੇ ਉਹਦੇ ਨਾਲ ਆਪਣੇ ਖੇਤ ਵਿੱਚ ਜੋ ਵੀ ਨਦੀਨ ਨੇ ਉਹ ਹਰੇ ਹੋ ਜਾਂਦੇ ਆ ਹੁਣ ਜਦੋਂ ਆਪਣੀ ਲਾਸਟ ਰੌਣੀ ਖੇਤ ਦੀ ਸੁੱਕਣ ਲੱਗ ਜਾਂਦੀ ਆ ਡੱਬ ਪੈਣ ਲੱਗ ਜਾਂਦੇ ਉਸ ਵਕਤ ਤੁਸੀਂ ਆਪਦੇ ਖੇਤ ਨੂੰ ਦੋ ਦੋ ਤਿੰਨ ਵਾਰੀ ਬਾਕੇ ਸੁਹਾਗਾ ਦੋ ਤਿੰਨ ਵਾਰੀ ਹੋਈ ਉਹ ਤੇ ਸੁਹਾਗਾ ਲਾ ਦਿਓ ਬਾਲਾ ਚਰ ਬੋਣ ਤੋਂ ਬਾਅਦ ਖੇਤ ਨੂੰ ਖੁੱਲਾ ਨਾ ਰੱਖਿਆ ਜਾਵੇ ਕਿਉਂਕਿ ਉਹ ਦਿਨਾਂ 'ਚ ਮੌਸਮ ਗਰਮ ਹੁੰਦਾ ਜੇ ਤੁਸੀਂ 2 ਘੰਟੇ ਵੀ ਖੇਤ ਖੁੱਲਾ ਰੱਖਤਾ ਤਾਂ ਤੁਹਾਡਾ ਖੇਤ ਖੁਸ਼ਕ ਹੋ ਜੂ ਜਿਹਦੇ ਵਿੱਚ ਡੀਐਸਆਰਐਲ ਵਿਧੀ ਨੇ ਕਾਮਯਾਬ ਨਹੀਂ ਹੋਣਾ ਇਸ ਲਈ ਖੇਤ ਨੂੰ ਬੋਣ ਸਾਰ ਤੁਸੀਂ ਦੋ ਵਾਰੀ ਸੁਹਾਗਾ ਲਾ ਦਿਓ ਬੱਟਾਂ ਪਾ ਕੇ ਖੇਤ ਨੂੰ ਤਿਆਰ ਕਰੋ ਹੁਣ ਡੀਐਸਆਰ ਜਦੋਂ ਤੁਸੀਂ ਬੀਜਣਾ ਮਸ਼ੀਨ ਹੁੰਦੀ ਹੈ ਜੀ ਆਪਾਂ ਨੂੰ ਪਤਾ ਹੀ ਹੈ ਡੀਐਸਆਰ ਵਾਲੀ ਮਸ਼ੀਨ ਆ ਜਦੋਂ ਡੀਐਸਆਰ ਕਰਨ ਲੱਗਣਾ ਤੁਸੀਂ ਬੀ ਨੂੰ 6-8 ਘੰਟੇ ਪਾਣੀ ਚ ਡੁਬੋ ਕੇ ਸੁਕਾ ਲਓ ਬੋਰੀ ਤੇ ਪਾ ਕੇ ਜਦੋਂ ਸੁੱਕ ਜੇ ਮਸ਼ੀਨ ਚ ਪਾ ਦਿਓ ਤੇ ਉਸ ਤੋਂ ਪਹਿਲਾਂ ਤੁਸੀਂ ਡੀਏਪ ਜਾਂ ਸੁਪਰ ਦਾ ਛਿੱਟਾ ਵੀ ਦੇ ਸਕਦੇ ਹੋ ਮਸ਼ੀਨ ਵਿੱਚ ਵੀ ਪਾ ਕੇ ਇਸ ਤਰ੍ਹਾਂ ਆਪਾਂ डीएसआर ਕਰ ਸਕਦੇ ਆ ਇੱਕ ਹੋਰ ਗੱਲ ਆ ਜੀ ਜਦੋਂ ਤੁਸੀਂ ਡੀਐਸਆਰ ਕਰਨ ਲੱਗਣਾ ਬੱਟਾਂ ਦੇ ਨਾਲ ਡਬਲ ਗੇੜੇ ਜ਼ਰੂਰ ਲਾਓ ਕਿਉਂਕਿ ਬੱਟਾਂ ਦੇ ਨਾਲ ਜਦੋਂ ਆਪਾਂ ਝੋਨਾ ਡੀਐਸਆਰ ਕਰਦੇ ਆ ਬਹੁਤ ਘੱਟ ਹਰਾ ਹੁੰਦਾ ਫਿਰ ਆਪਾਂ ਨੂੰ ਸਮੱਸਿਆ ਆਉਂਦੀ ਆ ਜੇ ਆਪਾਂ ਬੱਟਾਂ ਦੇ ਨਾਲ ਡੀ ਡੀਐਸਆਰ ਵੇਲੇ ਡਬਲ ਗੇੜੇ ਲਾ ਲੇ ਤਾਂ ਥੋੜੀ ਇਹ ਸਮੱਸਿਆ ਦਾ ਹੱਲ ਹੋ ਜੂ ਇੱਕ ਜੇ ਖੇਤ ਵਿੱਚ ਘੱਟ ਝੋਨਾ ਹੋਇਆ ਕਿਤੇ ਮਰ ਗਿਆ ਜਾਂ ਸੁੱਕ ਕੇ ਨਾ ਹਰਾ ਹੋਇਆ ਤਾਂ ਆਪਾਂ ਬੱਟਾਂ ਨਾਲੋਂ ਪੱਟ ਕੇ ਉੱਥੇ ਝੋਨਾ ਲਾ ਸਕਦੇ ਆ ਕਈ ਕਿਸਾਨ ਵੀਰ ਸੋਚਦੇ ਹੋਣਗੇ ਵੀ ਆਪਾਂ ਖੇਤ 'ਚ ਜੋ ਪੌਦ ਪੀਜੀ ਹੁੰਦੀ ਉਹ ਪੱਟਕੇ ਦੇ ਵਿੱਚ ਲਾ ਲਾਂਗੇ ਉਹ ਪ੍ਰੋਪਰ ਹਰੀ ਨਹੀਂ ਹੁੰਦੀ ਸੋ ਜੇ ਤੁਸੀਂ ਵਧੀਆ ਝੋਨਾ ਨਾਲ ਦੀ ਨਾਲ ਹਰਾ ਹੋ ਜੂ ਜੇ ਡੀਐਸਆਰ ਵਾਲੇ ਨੂੰ ਪੱਟਕੇ ਲਾਵੋਗੇ ਹੁਣ ਜਦੋਂ ਆਪਣਾ ਡੀਐਸਆਰ ਖੇਤ ਹੋ ਜਾਂਦਾ ਜੀ ਤਾਂ ਤੁਸੀਂ ਉਸੇ ਦਿਨ ਸਟੈਂਪ ਪਲੱਸ ਸਾਥੀ ਦੀ ਸਪਰੇਅ ਕਰਨੀ ਆ ਕਿਉਂਕਿ ਨਦੀਨ ਇਹਦੀ ਬਹੁਤ ਵੱਡੀ ਸਮੱਸਿਆ ਆ ਗਈ ਨਦੀਨਾ ਦੀ ਰੋਕਥਾਮ ਲਈ ਸਟੈਂਪ 30% ਵਾਲੀ ਤੇ ਸਾਥੀ ਦੀ ਸਪਰੇਅ ਕਰੋ ਸਪਰੇਅ ਠੰਡੇ ਮੌਸਮ ਚ ਕਰੋ ਠੰਡਾ ਮੌਸਮ ਲਈ ਵੀ ਬੈਸਟ ਆ ਵੀ ਸ਼ਾਮ ਨੂੰ ਕਰੋ ਸੈਂਪ ਦੇ ਕੰਮ ਕਰਨ ਲਈ 8-10 ਘੰਟਿਆਂ ਨੂੰ ਮੌਸਮ ਠੰਡਾ ਚਾਹੀਦਾ ਸੋ ਰਾਤ ਵੇਲੇ ਆਪਾਂ ਨੂੰ ਇਹਨੂੰ ਮੌਸਮ ਮਿਲ ਜੂ ਵਧੀਆ ਤੇ 100% ਤੁਹਾਡੀ ਦਵਾਈ ਕੰਮ ਕਰੂਗੀ ਹੁਣ ਜੀ ਬਜਾਈ ਤੋਂ ਬਾਅਦ ਬਜਾਈ ਤੋਂ ਘੱਟੋ-ਘੱਟ ਹਫ਼ਤਾ 10 ਦਿਨ ਚ ਤੁਹਾਡਾ ਝੋਨਾ ਜਿਹੜਾ ਇਹ ਬਾਹਰ ਆਉਣ ਲੱਗ ਜਾਂਦਾ ਹੁਣ ਕਈ ਕਿਸਾਨ ਵੀ ਸੋਚਦੇ ਆ ਵੀ ਆਪਾਂ 10 ਦਿਨ ਦੇ ਝੋਨੇ ਨੂੰ ਪਾਣੀ ਲਾ ਦਈਏ ਨਾ ਵੀਰੋ ਆਪਾਂ ਘੱਟੋ-ਘੱਟ 20-22 ਦਿਨਾਂ ਚ ਪਾਣੀ ਲਾਉਣਾ ਕਿਉਂਕਿ ਇਹਨਾਂ ਦਿਨਾਂ ਵਿੱਚ ਗਰਮ ਟੈਂਪਰੇਚਰ ਹੁੰਦਾ ਆਪਾਂ ਸੋਚਦੇ ਹਾਂ ਬੂਟੇ ਸੁੱਕ ਰਹੇ ਪਾਣੀ ਲਾ ਦਈਏ ਨਹੀਂ ਕਿਉਂਕਿ ਜਦੋਂ ਤੁਹਾਡੇ ਬੂਟੇ ਨੂੰ ਪਾਣੀ ਲਾਤਾ ਕਈ ਵਾਰੀ ਖੇਤ ਪੀੜਾ ਪੈਣ ਲੱਗ ਜਾਂਦਾ ਤੇ ਕੁਝ ਜਦੋਂ ਪਾਣੀ ਨਹੀਂ ਲਾਵਾਂਗੇ ਬੂਟਾ ਪਾਣੀ ਦੀ ਭਾਲ ਵਿੱਚ ਉਹਦੀਆਂ ਜੜਾਂ ਦੀ ਗ੍ਰੋਥ ਹੇਠਲੇ ਨੂੰ ਜਾਂਦੀ ਆ ਪਾਣੀ ਦੀ ਭਾਲ ਲਈ ਜੜਾਂ ਵੱਧਦੀਆਂ ਨੇ ਇਸ ਨਾਲ ਵੀ ਬੂਟੇ ਦੀ ਬਾਅਦ ਵਿੱਚ ਕੀ ਹੁੰਦਾ ਖਰਾਕ ਲੈਣ ਦੀ ਸ਼ਕਤੀ ਆ ਜਿਹੜੀ ਜੜਾਂ ਵੱਧ ਜਾਂਦੀਆਂ ਥੱਲੇ ਤੱਕ ਤੇ ਗ੍ਰੋਥ ਵਧੀਆ ਹੁੰਦੀ ਆ ਤੇ ਚੰਦੀਆ ਛਾੜ ਮਿਲਦਾ ਸੋ 22 ਦਿਨਾਂ ਤੇ ਆਪਾਂ ਪਾਣੀ ਲਾਉਣਾ ਜੀ ਜਦੋਂ ਪਾਣੀ ਲਾਤਾ ਨਾ ਪਾਣੀ ਤੋਂ ਬਾਅਦ 30 35 ਕਿਲੋ ਯੂਰੀਆ ਤੇ 25 ਕਿਲੋ ਪੋਟਾਸ਼ ਤੇ 10 ਕਿਲੋ ਸਲਫਰ ਮਿਕਸ ਕਰਕੇ ਖੇਤ ਚ ਛਿੱਟਾ ਦੇਣਾ ਜ਼ਰੂਰੀ ਹੈ ਤੇ ਕਈ ਖੇਤ ਨੇ ਜਿਹੜੀਆਂ ਮਿੱਟੀਆਂ ਨੇ ਨਾ ਜੀ ਪਾਣੀ ਤੋਂ ਬਾਅਦ ਪੀਲੀਆਂ ਪੈ ਜਾਂਦੀਆਂ ਕਈ ਕਾਰਨਾਂ ਵੀ ਉਹਨਾਂ ਦੇ ਵਿੱਚ ਜ਼ਿੰਕ ਤੇ ਲੋਹੇ ਦੀ ਵੀ ਕਮੀ ਆ ਜਾਂਦੀ ਹੈ ਕੁਸ਼ੋਚੋਂ ਆਕਸੀਜਨ ਦੀ ਮਤ ਪਾਣੀ ਨਾਲ ਆਕਸੀਜਨ ਬਾਹਰ ਨਿਕਲਣ ਲੱਗ ਜਾਂਦੀ ਹੈ ਕੁਝ ਟੈਂਪਰੇਚਰ ਗਰਮ ਬਹੁਤ ਹੁੰਦਾ ਤੇ ਉਹਨਾਂ ਕਰਕੇ ਜ਼ਿੰਕ ਦੀ ਕਮੀ ਆ ਜਾਂਦੀ ਹੈ ਜੋ ਜ਼ਿੰਕ ਦੀ ਕਮੀ ਆ ਜਾਂਦੀ ਹੈ ਬੂਟਾ ਕੋਈ ਵੀ ਤੱਤ ਨੂੰ ਲੈ ਨਹੀਂ ਸਕਦਾ ਸੋ ਜੇ ਖੇਤ ਤੁਹਾਡਾ ਪੀੜਾ ਪੈ ਗਿਆ ਤਾਂ ਤੁਸੀਂ ਜ਼ਿੰਕ ਤੇ ਲੋਹੇ ਦੀਆਂ ਦੋ ਸਪਰੇਹਾਂ ਘੱਟੋ-ਘੱਟ 4 ਦਿਨ ਦੇ ਗੈਪ ਨਾਲ ਕਰ ਸਕਦੇ ਹੋ ਜੇ ਕਿਤੇ ਉਹਨਾਂ ਦਿਨਾਂ ਵਿੱਚ ਮੀਂਹ ਪੈ ਜਾਂਦਾ ਤਾਂ ਤੁਸੀਂ ਦੇਖੋਗੇ 24 ਘੰਟੇ ਜੀ ਆਪਣਾ ਖੇਤ ਦੁੱਗਣੀ ਹਰਿਆਲੀ ਮਾਰ ਲੱਗ ਜਾਊਗਾ ਹੋ ਰਹੀ ਹੋ ਜੂ ਕਿਉਂਕਿ ਠੰਡੇ ਮੌਸਮ ਹੋ ਜੂਗਾ ਠੰਡੇ ਮੌਸਮ ਵਿੱਚ ਆਪਣੇ ਆਪ ਬੂਟਾ ਜਿੰਕ ਦੀ ਕਮੀ ਪੂਰੀ ਕਰ ਲੈਂਦਾ ਜ ਜਿਹਦੇ ਨਾਲ ਬਾਕੀ ਤੱਤਾਂ ਦੀ ਘਾਟ ਨਹੀਂ ਆਉਂਦੀ ਹੁਣ ਕਈ ਗੱਲਾਂ ਦਾ ਧਿਆਨ ਰੱਖਣਾ ਪੂ 30 ਤੋਂ 35 ਦਿਨ ਦਾ ਜਦੋਂ ਝੋਨਾ ਹੁੰਦਾ ਆਪਾਂ ਨੂੰ ਉਹਦੇ ਵਿੱਚ ਕਈ ਟੈਂਪਰੇਚਰ ਮੌਸਮ ਗਰਮ ਹੁੰਦਾ ਉਹ ਦਿਨਾਂ 'ਚ ਝੋਨਾ ਮੱਚ ਜਾਂਦਾ ਜਾਂ ਕਿਤੇ ਮਸ਼ੀਨ ਗੈਪ ਰਹਿ ਜਾਂਦੇ ਉਹ ਵੀ ਫਿਲ ਕਰਨੇ ਹੁੰਦੇ ਆ ਸੋ ਕੀ ਕਰਨਾ ਜਿੱਥੇ ਬੱਟਾਂ ਨਾਲ ਆਪਣੇ ਡਬਲ ਗੇੜੇ ਲੱਗੇ ਜਾਂ ਕਿਤੇ ਸੰਘਣਾ ਝੋਨਾ ਡੀਐਸਆਰ ਕਰਿਆ ਤੁਸੀਂ ਉਹ ਜਗ੍ਹਾ ਤੋਂ ਪੱਟ ਕੇ ਜਿੱਥੇ ਛਿੱਦਾ ਉੱਥੇ ਲਾ ਸਕਦੇ ਹੋ ਕਈ ਕਿਸਾਨ ਵੀ ਸੋਚਦੇ ਨੇ ਵੀ ਪੌਦ ਆਪਣੀ ਜਿਹੜੀ ਬੀਜਿੰਦੇ ਉਹ ਪੱਟ ਕੇ ਲਾ ਦਈਏ ਪਰ ਉਹ ਨਹੀਂ ਕਾਮਯਾਬ ਹੁੰਦੀ ਡੀਐਸਆਰ ਜਿਹੜੇ ਖੇਤ ਚ ਡੀਐਸਆਰ ਵਾਲੀ ਝੋਨਾ ਤੁਸੀਂ ਲਾਉਂਗੇ ਤਾਂ ਉਹਦਾ ਬਹੁਤ ਵਧੀਆ ਰਿਜ਼ਲਟ ਆਊਗਾ ਹੁਣ ਕੀ ਆ ਤੁਹਾਨੂੰ ਮੈਂ ਦੱਸ ਕੇ ਡੈਂ ਤੇ ਨਦੀਨ ਵੀ ਬਹੁਤ ਵੱਡੀ ਸਮੱਸਿਆ ਜਿਹੜੀ ਆਪਣੇ ਝਾੜ ਨੂੰ ਸਮੱਸਿਆ ਨੂੰ ਬਹੁਤ ਵੱਡੀ ਪੈਦਾ ਕਰਦੀ ਹੈ ਨਦੀਨਾ ਦੀ ਰੋਕथाम ਲਈ ਕੀ ਹੈ ਜਦੋਂ ਤੁਹਾਡਾ ਝੋਨਾ 40-45 ਦਿਨ ਦਾ ਹੋ ਜਾਂਦਾ ਤਾਂ ਨੋਮਨੀ ਗੋਲਡ ਦੀ ਸਪਰੇਅ ਕਰੋ ਬਹੁਤ ਵਧੀਆ ਰਿਜ਼ਲਟ ਆਉਂਦਾ ਪਰ ਕਈ ਨਦੀਨ ਨੇ ਜਿਹੜੇ ਨੋਮਨੀ ਗੋਲਡ ਨਾਲ ਨਹੀਂ ਮਰਦੇ ਉਹਨੂੰ ਆਪਾਂ ਲੇਬਰ ਨਾਲ ਕਢਵਾ ਕੇ ਵੀ ਇਹ ਖਤਮਾ ਕਰ ਸਕਦੇ ਆਂ ਜੀ ਹੁਣ ਮੈਂ ਇੱਕ ਹੋਰ ਬੇਨਤੀ ਕਰਦਾ ਕਿ ਜਿਹੜੇ ਕਿਸਾਨ ਵੀਰ ਕਾਫੀ ਲੰਬੇ ਸਮੇਂ ਤੋਂ ਡੀਐਸਆਰ ਕਰਦੇ ਆ ਉਹਨਾਂ ਦੇ ਖੇਤਾਂ ਵਿੱਚ ਨਦੀਨਾ ਕਈ ਸਮੱਸਿਆ ਕਈ ਤਰ੍ਹਾਂ ਦੇ ਨਦੀਨ ਹਰੇ ਹੋ ਜਾਂਦੇ ਆ ਜੀ ਅਸੀਂ ਵੀ ਲਾਸਟ ইয়ার ਸਾਡੇ ਖੇਤ ਵਿੱਚ ਜਿਵੇਂ ਕਹਦੇ ਹੁੰਦੇ ਆ ਨਾ ਕਈ ਤਰ੍ਹਾਂ ਦੇ ਨਦੀਨ ਸੀ ਜਿਹੜੇ ਨੌਮਨੀ ਗੋਲਡ ਨੇ ਨਹੀਂ ਮਾਰੇ ਸੀ ਅਸੀਂ ਕੀ ਕਰਿਆ ਬਜਾਈ ਤੋਂ ਪਹਿਲਾਂ ਉਹਨਾਂ 'ਚ ਪਾਣੀ ਛੱਡ ਕੇ ਕੱਦੂ ਕਰ ਲਿਆ ਸੀ ਖੇਤ ਦਾ ਜਿਹਦੇ ਨਾਲ ਬਹੁਤ ਨਦੀਨਾਂ ਤੋਂ ਸਾਨੂੰ ਰਾਹਤ ਮਿਲੀ ਹੁਣ ਆਜੋ ਜੀ 65 ਦੇ ਦਿਨ ਦਾ ਜਦੋਂ ਆਪਾਂ ਕੰਮ ਕਰਦੇ ਆ ਆਪਣੇ 40 50 ਦਿਨ ਦਾ ਝੋਨਾ ਹੋ ਜਾਂਦਾ ਇਹ ਉਦੋਂ ਉਹ ਬਾਅਦ ਆਮ ਝੋਨੇ ਵਾਂਗੂ ਹੀ ਹੋ ਜਾਂਦਾ ਜਦੋਂ ਮੀਂਹ ਮੂਹ ਪੈ ਗਏ ਤਾਂ ਤੁਹਾਡਾ ਝੋਨਾ ਲੇਬਰ ਵਾਲੇ ਝੋਨੇ ਦੇ ਬਰਾਬਰ ਹੀ ਹੋ ਜਾਣਾ ਤੁਹਾਨੂੰ ਕੋਈ ਪਤਾ ਨਹੀਂ ਲੱਗਣਾ ਵੀ ਇਹ ਲੇਬਰ ਵਾਲਾ ਜਾਂ ਇਹ ਡੀਐਸਆਰ ਵਾਲਾ ਇੱਕਸਾਰ ਹੋ ਜਾਣਾ ਸੋ 65 ਦਿਨਾਂ ਦੇ ਵਿੱਚ ਆਪਾਂ ਇਹਦੇ ਵਿੱਚ ਖਾਦਾਂ ਨੇ ਜਿਹੜੀਆਂ ਉਹਨਾਂ ਦੀ ਖਤਮ ਕਰਨੀਆਂ ਨੇ ਸੋ ਯੂਰੀਆ ਵੀ ਇਹਦੇ ਵਿੱਚ ਆਮ ਝੋਨੇ ਨਾਲੋਂ ਇੱਕ ਬូរੀ ਜ਼ਿਆਦਾ ਪੈਂਦਾ ਜੇ ਤੁਸੀਂ ਦੋ ਬូរੀਆਂ ਪਾਉਣੇ ਤਿੰਨ ਪਾਓ ਤਿੰਨ ਪਾਉਣੇ ਤਾਂ ਚਾਰ ਪੈਣੀਆਂ ਹੀ ਪੈਣੀਆਂ ਨੇ ਉਸ ਤੋਂ ਬਾਅਦ ਜਦੋਂ ਝੋਨਾ ਤੁਹਾਡਾ ਨਾਰਮਲ ਝੋਨੇ ਵਾਂਗ ਹੋ ਗਿਆ ਫਿਰ ਕਿਸਾਨ ਵੀਰਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਫਿਰ ਤੁਸੀਂ ਜਿਵੇਂ ਆਮ ਝੋਨੇ ਤੇ ਪੱਤਾ ਲਵੇਟ ਗੋਭ ਦੀਆਂ ਜਾਂ ਉੱਲੀ ਰੋਗ ਤੋਂ ਸਪ੍ਰੇਹਾ ਕਰਦੇ ਆ ਤਾਂ ਤੁਸੀਂ ਇਹਦੇ ਵਿੱਚ ਉਹੀ ਸਪ੍ਰੇਹਾ ਕਰ ਸਕਦੇ ਹੋ ਜਿੱਚ ਆਮ ਤੌਰ ਤੇ ਬਿਮਾਰੀਆਂ ਵੀ ਘੱਟ ਪੈਂਦੀਆਂ ਹਨ ਘੱਟ ਦਾ ਕਾਰਨ ਇਹ ਕੀ ਕਿ ਜਦੋਂ ਜੜਾਂ 'ਚ ਪਾਣੀ ਨਹੀਂ ਖੜਦਾ ਹੋਮਸ ਨਹੀਂ ਪੈਦਾ ਹੁੰਦੀ ਉੱਲੀ ਨਹੀਂ ਲੱਗਦੀ ਤੇ ਕਾਲਾ ਤੇਲਾ ਵੀ ਨਹੀਂ ਲੱਗਦਾ ਕਈ ਬਹੁਤ ਬਿਮਾਰੀਆਂ ਤੋਂ ਤੁਹਾਨੂੰ ਰਾਹਤ ਮਿਲਦੀ ਹੈ ਸੋ ਲਾਸਟ 'ਚ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਵਿਧੀ ਵੱਲ ਆਓ ਕਿਉਂਕਿ ਇਹ ਵਿਧੀ ਵੱਲ ਖਰਚਾ ਬਹੁਤ ਘੱਟ ਆਉਂਦਾ ਪਾਣੀ ਦੀ ਵੀ ਬਹੁਤ ਬਚਤ ਆ ਤੇ ਝਾੜ ਆਪਾਂ ਵੱਧ ਤੋਂ ਵੱਧ ਪ੍ਰਾਪਤ ਕਰ ਸਕਦੇ ਹਾਂ ਸੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ